ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਨੂੰ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਦਾ ਜੋ ਇਕੱਠ ਮੇਰੇ ਪਿੰਡ ਕੌਂਕੇ ਕਲਾਂ 'ਚ ਅੱਜ ਦਾ ਜੋ ਇਕੱਠ ਰੱਖਿਆ ਗਿਆ, ਇਹ ਇਕੱਠ 2019 ਦੀਆਂ ਲੋਕ ਸਭਾ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਰੱਖਿਆ ਗਿਆ ਅਤੇ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਾਂਗੇ। ਅਤੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਜੋ ਵਿਕਾਸ ਹੋਇਆ ਉਹ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਜੋ ਮੋਦੀ ਸਾਹਿਬ ਨੇ ਪੰਜਾਬ ਵਾਸਤੇ ਕੀਤਾ, ਸਿੱਖ ਕੌਮ ਵਾਸਤੇ ਕੀਤਾ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਜਿਸ ਨਾਲ ਜੋ ਵੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਵਿਕਾਸ ਦੀ ਗੱਲ ਕਰੀਏ ਤਾਂ ਕਿਹੜੇ ਵਿਕਾਸ ਦੇ ਮੁੱਦੇ ਆ ਜਿਹੜੇ ਵੀ ਹਜੇ ਤੱਕ ਬਾਕੀ ਨੇ? ਵਿਕਾਸ ਜਿੰਨਾ ਵੀ ਹੋਇਆ ਉਹ ਤਾਂ ਹੋ ਚੁੱਕਿਆ, ਪਰ ਫਿਰ ਵੀ ਕਾਫੀ ਵਿਕਾਸ ਆ ਜਿਹੜਾ ਬਾਕੀ ਆ। ਜਿਹੜੀਆਂ ਬਾਹਰਲੀਆਂ ਕੰਟਰੀਆਂ ਨੇ ਜਿਹੜੀਆਂ ਉਹਨਾਂ ਤੋਂ ਬਹੁਤ ਪਿੱਛੇ ਅਸੀਂ, ਪਰ ਇਹ ਆ ਵੀ ਵਿਕਾਸ ਚੱਲ ਰਿਹਾ। ਅਤੇ ਪਿਛਲੇ 5 ਸਾਲਾਂ ਤੋਂ ਰਮਨੀਤ ਸਿੰਘ ਬਿੱਟੂ ਪਾਰਲੀਮੈਂਟ ਇੱਥੇ ਬਤੌਰ MP ਰਹਿ ਚੁੱਕੇ ਆ, ਉਹਨਾਂ ਦੇ ਇੱਥੇ ਵਿਕਾਸ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਠੀਕ ਆ ਜੀ, ਉਹ ਆਪਦੀ ਥਾਂ ਵਧੀਆ ਆਪਦਾ ਦਿਖਾ ਕੇ ਗਿਆ, ਪਰ ਸਾਨੂੰ ਕੋਈ ਵਿਕਾਸ ਵਾਲੀ ਗੱਲ ਕੋਈ ਦਿਸੀ ਨਹੀਂ, ਉਹ ਕਹਿ ਨਹੀਂ ਸਕਦੇ ਜੀ। ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।